अस्सलाम वालेकुम दोस्तों, मैं हूँ ज़िया इमरान और आप देख रहे हैं ज़िया इमरान लोग। बुध का दिन है, 2023 की पहली मंडी लगी है नियमुआना। ठीक है, आज आप आए हैं फैसलाबाद नियमुआना बकरा मंडी में। आज आपको जानवरों की अपडेट लेके देते हैं। ठीक है, क्या क्या रेट चल रहे हैं मंडी में और किस तरह के जानवर आए हैं। ठीक है, मेरी एक दरख्वास्त है अपने देखने वालों से, जो हमारी वीडियो पर नए आए हैं, जिन्होंने चैनल को सब्सक्राइब नहीं किया, तो सबसे पहले हमारे चैनल को सब्सक्राइब करें और वीडियो को लाइक और शेयर लाजमी करिएगा। चलते हैं मंडी में, इंशाल्लाह ताला आपको अपडेट देते हैं। वीडियो को सारी देखना है, वीडियो बहुत इंटरेस्टिंग होने वाली है। ये पूरा हरे होने ਇਹਦਾ ਕਿੰਨੇ ਪੈਸੇ ਮੰਗਦੇ ਉਸਤਾਦ ਜੀ ਤੁਸੀਂ? ਇਹਦਾ 32,000 ਹੈ। 32,000 32,000 ਰੁਪਿਆ ਬੜੇ ਬੜੀ ਤੇ ਦੇਣਾ ਕਿੰਨੇ ਕਿਤਾਬਾ ਜੋ ਬਣਾਸ ਇਹ ਤੁਹਾਡੇ ਕੋਲ ਜੇ ਨਹੀਂ ਕੀਜਿਆ। ਹਾਂ ਹਾਂ ਚਲ ਮੈਂ ਨਹੀਂ ਦੱਸਦਾ ਜੀ। 32,000 ਰੁਪਿਆ ਮੰਗ ਰਹੇ ਹਾਂ, ਬਹੁਤ ਜ਼ਿਆਦਾ ਪੈਸੇ ਮੰਗ ਰਹੇ ਹਾਂ। लो जी भाइयों, मंडी में आ गए हैं। आज आपको जानवरों का शौक करवाते हैं। ਕੀ ਮੰਗਦੇ ਬਾਬਾ ਜੀ ਇਹਦਾ? ਬਾਬਾ ਜੀ ਕੀ ਮੰਗਦੇ ਹੋ ਇਹਦਾ? ਕੀ ਮੰਗਦੇ? 55,000 ਰੁਪਿਆ। ਕੀ ਆ ਮੂੰਹ ਦੁੰਦਾ? ਇਹ ਤਾਂ ਭਾਈ ਮਾਰਤਾ ਹੈ, ਮਾਸ਼ਾਅੱਲਾ ਬੜਾ ਖੂਬਸੂਰਤ ਜਾਨਵਰ ਹੈ, ਲੇਕਿਨ ਪੈਸੇ ਜ਼ਿਆਦਾ ਮੰਗ ਰਹੇ। ਅੰਡਾ ਲੈ, ਨੂਰਪੁਰੀ ਹੈ। ਮੂੰਹ ਕੀ ਆ ਸਾਲ ਦੋਂਦਾ ਹੋਇਆ ਹਲੇ? ਕਿੰਨਾ? 65,000 ਰੁਪਇਆ ਮੰਗ ਰਹੇ ਹਾਂ ਇਸਦਾ। ਦੇਣਾ ਕਿੰਨੇ ਚਾਹੇ ਤੁਸੀਂ ਦੱਸਣਾ? ਫਾਈਨਲ ਜੀ 65,000 ਰੁਪਇਆ ਇਸਕਾ ਮੰਗ ਰਹੇ ਹਾਂ। ਹਾਂਜੀ, ਸਲਾਮ ਵਾਲੇਕੁਮ ਉਸਤਾਦ ਜੀ। ਸਲਾਮ ਵਾਲੇਕੁਮ। ਇਹ ਕੀ ਆ ਮੂੰਹ? ਛਿੱਕਾ ਛਿੱਕਾ ਹੋ ਗਿਆ। ਨੱਬੇ ਹਜ਼ਾਰ ਰੁਪਇਆ ਭਾਈ ਮੰਗ ਰਹੇ ਹਾਂ। ਬਰੀਡਰ ਹੈ ਕਾਲੇ ਡੱਬੇ ਮੈਂ। ਸਾਰੀ ਇਹ ਛੱਡਣਾ ਕਿੱਥੇ ਤੱਕ? 70-75,000 ਰੁਪਏ ਮੈਂ ਛੋੜ ਦਾਂਗੇ। ਛਿੱਕਾ ਹੋ ਗਿਆ। ਕੀ ਆ ਸਾਜੀ ਮੂੰਹ? ਛਿੱਗੀ ਹੋ ਗਈ। ਗੱਬਾਂ ਕਿੰਨੇ ਮਹੀਨਿਆਂ ਦੀ? ਗੱਬਾਂ ਤਿੰਨ ਮਹੀਨਿਆਂ ਦੀ। ਗੱਬਾਂ ਕੀ ਮੰਗ ਰਹੇ? ਪਚੱਤਰ ਹਜ਼ਾਰ ਰੁਪਇਆ ਮੰਗ ਰਹੇ 6 ਮਹੀਨੇ ਦੀ ਗੱਬਾਂ ਨਾਲ। ਅੱਠ 7 ਮਹੀਨੇ ਕੁਰਬਾਨੀ ਦੇ ਪਏ ਨੇ। ਹਾਂਜੀ,
ਬਾਬਾ ਜੀ ਕੀ ਮੰਗ ਰਹੇ ਬੱਚਿਆਂ ਦਾ? ਪਤਾ ਨਹੀਂ ਹੁਣ ਤੂੰ ਕਿਹੜਾ ਬੱਚਾ ਲੈਣਾ ਹੈ? ਆ ਇਹਦਾ ਕੀ ਕਹਿੰਦੇ ਆ ਭੇਡ ਦਾ ਬੱਚਾ ਜਿਹੜਾ ਕਿਹੜਾ? ਉਹ ਵੱਡਾ ਸੀ ਨਾ? ਹਾਂ ਉਹ 16,000 ਦਾ। ਹੋ ਜੀ ਇਸਕਾ 16,000 ਰੁਪਇਆ ਮੰਗ ਰਹੇ ਹੈ। ਬਾਬੇ ਕੇ ਰੇਟ ਕਾਫੀ ਜ਼ਿਆਦਾ ਹੈ, ਬਾਬੇ ਕੇ ਪਾਸ ਸਿਰਫ ਬੱਚੇ ਹੋਤੇ ਹੈ। ਠੀਕ ਹੈ, ਕੋਈ 10,000 ਕਾ, ਕੋਈ 8,000 ਕਾ, ਕੋਈ 12,000 ਕਾ, ਕੋਈ 15,000 ਕਾ। ਇਹ ਹੈ ਬਾਬਾ, ਇਸਕੇ ਪਾਸ ਸਿਰਫ ਬੱਚੇ ਹੋਤੇ ਹੈ। ਤੋ ਜੀ ਆਪਕੋ ਬਰੀਡਰ ਦਿਖਾਤੇ ਹੈ। ਡੇਢ ਲੱਖ ਰੁਪਇਆ ਮੰਗ ਰਹੇ ਹੈ। ਕੀ ਆ ਸਾਜ ਮੂੰਹ? ਪੂਰੇ 8 ਕਰੀ ਖੜਾ ਹੈ। ਭਾਅ ਜੀ ਛੱਡਣਾ ਕਿੰਨੇ ਕੁ ਤੱਕ ਆ ਤੁਸੀਂ? ਕਿੰਨੇ ਕੁ ਤੱਕ ਛੱਡਣਾ? 41 ਕਾ ਦੇ ਦੇਣਗੇ ਤੁਹਾਨੂੰ ਪਤਾ। ਜੀ ਤਾਂ ਅੱਛੀ ਹੈ। ਟੱਕ ਵਾਲੇ ਕਪੂਰੇ ਉਸਮੇ ਕੱਟ ਹੈ। ਕੀ ਆ ਚਾਚਾ ਮੂੰਹ? ਛਿੱਗੀ ਹੋਈ ਆ। ਇੱਥੇ ਕੀ ਮੰਗਦੇ? ਇਹਦਾ 1,00,000 ਰੁਪਇਆ ਖਾਲੀ ਆ ਗੱਬਾ ਨਾ? ਕਿੰਨੇ ਮਹੀਨਿਆਂ ਦੀ? ਮਹੀਨੇ ਕਦੀ ਹੋਈ ਕਰਾਸ? ਤੇ ਦੇਣੀ ਕਿੱਥੇ ਕੁ ਤੱਕ ਹੈ ਤੁਸੀਂ? ਦੇਣੀ ਕਿੱਥੇ ਕੁ ਤੱਕ ਆ? ਓ ਜੀ ਬਾਬਾ ਤਾਂ ਪੈਸੇ ਹੀ ਭਰਿਆ ਜ਼ਿਆਦਾ ਮੰਗ ਰਿਹਾ। ਡੇਢ ਲੱਖ ਰੁਪਇਆ ਮੰਗ ਰਹੇ ਆ। ਕੀ ਆ ਮੂੰਹ? ਛਿੱਕਾ ਹੋ ਗਿਆ ਜੀ। ਬੱਕਰਾ ਖੂਬਸੂਰਤ ਹੈ ਮਾਸ਼ਾਅੱਲਾ। ਠੀਕ ਹੈ, 1,50,000 ਰੁਪਇਆ ਮੰਗ ਰਹੇ ਹਾਂ ਇਸਦਾ। ਇਸ ਤਰ੍ਹਾਂ ਕੱਟੇ ਵਗੈਰਾ ਵੀ ਹੈ ਕਸਾਈਆਂ ਕਸੂਈਆਂ ਕੇ ਲੀਏ ਜੋ ਹੋਤੇ ਹੈ ਮੰਡੀ ਮੈਂ। ਇਹ ਹੈ ਜੀ ਬੱਕਰੀਆਂ ਕੀ ਸੈਸਰੀ, ਪਟੇ ਵਗੈਰਾ, ਘੁੰਗਰੂ। ਆਹ ਬੱਕਰੀ ਦਾ ਭਾਅ ਯਾਰ, ਤੂੰ ਕਿੱਥੇ ਹੋਣਾ?
ਪੁੱਛਗਾ ਰੇਟ ਪੁੱਛਿਆ ਕਰ ਅੱਗੇ ਹੋ ਕੇ ਪੂਰਾ ਕਰ ਤੂੰ ਮੰਗ ਰਹੇ ਹਾਂ ਸਹੀ ਸੱਤਰ ਹਜ਼ਾਰ ਰੁਪਇਆ ਮੂੰਹੋਂ ਕੀ ਹੈ ਸਾਜੀ ਮੂੰਹੋਂ ਪੂਰੀ ਹੋ ਗਈ ਆਹ ਬੱਚਾ ਇੱਕ ਨਾਲ ਇਹਦੇ ਬੱਚਾ ਇੱਕ ਨਾਲ ਆ ਕੀ ਆ ਪੱਠ ਵਾ लो ये इस भाई के पास मुंदरे हैं बतालीस हजार रुपया मांग रहे हैं इसका मुंदरे सारे खूबसूरत है भाई की रेट है माशाल्लाह जानवर तो सोने लै के आए हो दस दौ सारे का माड़ा माड़ा दस दौ चार ही अच्छा जी उन्होंने तीह तीह हज़ार इन्हों का पैंती अच्छा तो प्यार मुहब्बत हो जाएगा चलो जी प्यार मुहब्बत भी हो जाएगा जानवर माशाल्लाह जो चीज़ खूबसूरत है ना उसको मैं बोलूँगा ये खूबसूरत ही है बाकी रेट जो होता है जब चीज़ लेनी है तो वो फिर उनके साथ बार्गेनिंग तो करनी पड़ती है वजन चेक हो रहा दोस्त पैसे ना भरा पतले मुंह वाला बकरा तो ये हो रही है सौदा हो रहा है दोगले मुड़ रहे हैं दोगले भी चेक करा हाँ फड़ी यार बकरी नब्बे हजार कोई बैस बूस तो अलावा जिते लास्ट दिन खूबसूरत है मुंदरा बनने वाला दौंदा होवे तकरीबन ये मेरे ख्याल में कोई साठ हजार का ना बनेगा तो ये सौदा हो रहा है इन बकरों का लो जी दोस्तों आज की वीडियो करते हैं ख़त्म। अगर आप हमारी वीडियो अच्छी लगी हो तो लाइक करें शेयर करें सब्सक्राइब करें इंशाल्लाह मिलेगा नेक्स्ट वीडियो में। दुआ में याद रखिएगा। ओके अल्लाह हाफ़िज़।